ਜ਼ਿਲ੍ਹਾ ਫਾਜ਼ਿਲਕਾ ਵਿੱਚ ਮੋਟਰਸਾਈਕਲ ਚੋਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫਾਜ਼ਿਲਕਾ ਪੁਲਿਸ ਦੀ ਨੱਕ ਵਿੱਚ ਦਮ ਕਰ ਰੱਖਿਆ ਸੀ ਅਤੇ ਜ਼ਿਲ੍ਹੇ ਭਰ ਵਿੱਚ ਆਏ ਦਿਨ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਸੀ, ਜਿਸ ਉੱਤੇ ਫਾਜ਼ਿਲਕਾ ਪੁਲਿਸ ਵੱਲੋਂ ਇਨ੍ਹਾਂ ਵਾਰਦਾਤਾਂ ਉੱਤੇ ਠੱਲ ਪਾਉਣ ਲਈ ਇੱਕ ਮੁਹਿੰਮ ਤਹਿਤ ਅੱਜ ਉਹਨਾਂ ਚੋਰ ਗਰੋਹ ਦੇ 3 ਮੈਂਬਰਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਗਏ 9 ਮੋਟਰਸਾਈਕਲਾਂ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਜਾਣਕਾਰੀ ਦਿੰਦੇ ਹਾਂ, ਫਾਜ਼ਿਲਕਾ CIA ਸਟਾਫ ਦੇ ASI ਹਰਬੰਸ ਸਿੰਘ ਨੇ ਦੱਸਿਆ, ਫਾਜ਼ਿਲਕਾ ਦੀ ਅਬੋਹਰ ਰੋਡ ਤੇ ਗਸ਼ਤ ਕਰ ਰਹੇ ਸਨ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਮੋਟਰਸਾਈਕਲ ਚੋਰ ਗਰੋਹ ਦੇ ਮੈਂਬਰਾਂ ਵੱਲੋਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਸੰਬੰਧੀ ਸੂਚਨਾ ਪ੍ਰਾਪਤ ਹੋਈ। ਸੂਚਨਾ ਪੁਖਤਾ ਹੋਣ ਤੇ ਫਾਜ਼ਿਲਕਾ ਦੇ ਅਬੋਹਰ ਰੋਡ ਤੇ ਨਾਕੇਬੰਦੀ ਦੌਰਾਨ 3 ਮੈਂਬਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਗਰੋਹ ਦੇ ਮੁੱਖ ਮੈਂਬਰ ਸੁਭਾਸ਼ ਚੰਦਰ ਦੀ ਨਿਸ਼ਾਨਦੇਹੀ ਤੇ 7 ਮੋਟਰਸਾਈਕਲ ਉਸਦੇ ਘਰ ਤੋਂ ਬਰਾਮਦ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹਨਾਂ ਵਿੱਚੋਂ ਇੱਕ ਦੋਸ਼ੀ ਪਹਿਲਾਂ ਵੀ ਸਜ਼ਾ ਕੱਟ ਚੁੱਕਿਆ। ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਤਾਂ ਜੋ ਇਹਨਾਂ ਤੋਂ ਹੋਰ ਬਰਾਮਦਗੀ ਕੀਤੀ ਜਾ ਸਕੇ। ਅੱਜ 93 ਅਗਸਤ ਰਾਧਾ ਸਵਾਮੀ ਕਲੋਨੀ ਦਾ ਰਾਧਾ ਸਵਾਮੀ ਸਤਸੰਗ ਘਰ ਦੇ ਕੋਲੋਂ ਮੁਹਰ ਮਿਲੀ ਸੀ। 3 ਦੋਸ਼ੀ ਸੁਭਾਸ਼ ਚੰਦਰ ਪੁੱਤਰ ਟੈਣਾ ਰਾਮ ਪੁੱਤਰ ਚਰਨਦਾਸ ਰਾਮਦਾਸ ਵਾਸੀ ਪਿੰਡ ਪੱਤਰੇਵਾਲਾ, ਮੰਗਤ ਸਿੰਘ ਮੰਗਾ ਪੁੱਤਰ ਕਰਤਾਰ ਸਿੰਘ ਰਾਜਸਿਕ ਵਾਸੀ ਕੱਟਿਆਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਗੁਰਵਿੰਦਰ ਸਿੰਘ ਇਲਸ ਗਿੰਦਰ ਪੁੱਤਰ ਪ੍ਰੀਤਮ ਸਿੰਘ ਰਾਜਸਿਕ ਵਾਸੀ ਕੱਟਿਆਵਾਲਾ। ਇਹ ਮੋਟਰਸਾਈਕਲ ਚੋਰੀ ਕਰਦੇ ਆ, ਮੋਟਰਸਾਈਕਲਾਂ ਨੂੰ ਆਪਣਾ ਮਾਲਕੀ ਮੋਟਰਸਾਈਕਲ ਦੱਸ ਸਕੇ ਲੋਕ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟ 'ਤੇ ਵੇਚਦੇ ਆ। ਅੱਜ ਮੁਹਰ ਵੀ ਮਿਲੀ ਸੀ, ਇਹ ਮੋਟਰਸਾਈਕਲ ਵੇਚਣ ਦੀ ਨੀਤ ਨਾਲ ਫਾਜ਼ਿਲਕਾ ਨੂੰ ਆ ਰਹੇ ਆ। ਪੱਤਰੇ ਵਾਲੇ ਪਿੰਡ ਤੋਂ ਇਹਨਾਂ ਨੇ ਫਾਜ਼ਿਲਕਾ ਆਉਣਾ ਸੀ। ਅਸੀਂ ਪੱਤਰੇ ਵਾਲੇ ਮੋੜ ਤੋਂ ਅੱਗੇ 1 ਕਿਲੋਮੀਟਰ ਅੱਗੇ ਨਾਕਾ ਲਾਇਆ, 2 ਮੋਟਰਸਾਈਕਲਾਂ ਸਮੇਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੁਭਾਸ਼ ਚੰਦਰ ਦੀ ਨਿਸ਼ਾਨਦੇਹੀ 'ਤੇ 7 ਮੋਟਰਸਾਈਕਲ ਇਹਦੇ ਘਰੋਂ ਹੋਰ ਬਰਾਮਦ ਕੀਤੇ, ਕੁੱਲ 9 ਮੋਟਰਸਾਈਕਲ ਇਹਨਾਂ ਕੋਲੋਂ ਬਰਾਮਦ ਕੀਤੇ। ਇਹ ਅੱਗੇ ਵੀ ਕਿਸੇ ਮਾਮਲੇ ਦੇ 'ਚ ਹੈਗੇ ਨੇ ਬੰਦੇ? ਜਿਹੜਾ ਸੁਭਾਸ਼ ਚੰਦਰ ਆ ਜੀ, ਇਹਦੇ 'ਤੇ ਪਹਿਲਾਂ 4 ਮੁਕਦਮੇ ਦਰਜ ਹੈ ਚੋਰੀ ਦੇ ਜੀ। ਇੱਕ ਤਾਂ ਇਹਨਾਂ ਨੇ ਚੌਲ ਚੋਰੀ ਕੀਤੇ ਸੀ ਹੋਰ ਤੋਂ, ਇਹਨਾਂ 4 ਮੁਕਦਮੇ 'ਚ ਸਜ਼ਾ ਹੋ ਕੇ ਕਰੀਬ 1.5 ਸਾਲ ਪਹਿਲਾਂ ਇਹ ਬਾਹਰ ਆਇਆ ਜੀ। ਹੁਣ ਇਹਨੇ ਕਿਹਨਾਂ ਨੂੰ ਕਿਹੜੇ ਲੋਕਾਂ ਨੂੰ ਜਿਹੜੇ ਅਗਾਂਹ ਮੋਟਰਸਾਈਕਲ ਵੇਚੇ, ਜਿਵੇਂ ਤੁਸੀਂ ਦੱਸਿਆ ਭੋਲੇ ਭਾਲੇ ਲੋਕਾਂ ਨੂੰ ਵੇਚੇ? ਮੋਟਰਸਾਈਕਲ ਲੈ ਕੇ ਫਾਜ਼ਿਲਕਾ ਨੂੰ ਆ ਰਹੇ ਸੀ ਵੇਚਣ ਦੀ ਨੀਤ ਨਾਲ। ਇਹ ਹੀ ਦੱਸਿਆ ਵੀ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਦੱਸਿਆ ਵੀ ਇਹ ਸਾਡਾ ਮੋਟਰਸਾਈਕਲ ਆਪਣਾ ਮਾਲਕੀ ਆ, ਸਾਨੂੰ ਘਰੇ ਬਿਮਾਰੀ ਆ, ਮਾਤਾ ਬਿਮਾਰ ਆ, ਪਿਓ ਬਿਮਾਰ ਆ, ਜ਼ਰੂਰਤ ਆ, ਇਸੇ ਕਰਕੇ ਲੋਕ ਸਾਡੇ 'ਤੇ ਇਤਬਾਰ ਕਰ ਜਾਂਦੇ ਆ ਅਤੇ ਉਹ ਸਾਡੇ ਕੋਲ ਸਸਤਾ ਮੋਟਰਸਾਈਕਲ ਵੇਖ ਕੇ ਲੈ ਲੈਂਦੇ ਆ। ਇਹਨਾਂ 'ਚੋਂ 1 7 ਜਮਾਤਾਂ ਕਹਿੰਦਾ ਪਾਸ ਆ, ਬਾਕੀ 4 ਜਮਾਤਾਂ ਪੜੇ ਆ ਜੀ। ਇਹਦੇ 'ਤੇ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮੁਕਦਮੇ ਦਰਜ ਹੈ ਜਿਹੜਾ ਸੁਭਾਸ਼ ਚੰਦਰ ਆ। ਨਹੀਂ, 1 ਵਾਰੀ ਤਾਂ 3 ਹੀ ਸਾਹਮਣੇ ਆਏ ਆ, ਸਵੇਰੇ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਜੇ ਹੋਰ ਸਾਹਮਣੇ ਆਏ ਤਾਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ। ਇਹ ਮੋਟਰਸਾਈਕਲ ਇਹਨਾਂ ਨੇ ਹਬੋਰ ਅਤੇ ਫਾਜ਼ਿਲਕਾ ਦੇ ਏਰੀਏ 'ਚ ਚੋਰੀ ਕੀਤੀ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।